ਇਲੈਕਸ਼ਨ ਕਮਿਸ਼ਨ ਦੇ ਵੱਲੋਂ ਚੋਣਾਂ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਇਸ ਵਾਰ ਟੀਲ ਦੀ ਬਿਲਕੁਲ ਵੀ ਗੁੰਜਾਇਸ਼ ਨਹੀਂ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਵਾਰੂਮਸ ਬਣਾਏ ਗਏ ਹਨ ਜਿੱਥੇ ਕਿ ਵੱਡੀਆਂ-ਵੱਡੀਆਂ ਸਕਰੀਨਾਂ ਲਗਾ ਕੇ ਇੱਕ ਸਪੈਸ਼ਲ ਟੀਮ ਦੇ ਦੁਆਰਾ ਨਜ਼ਰ ਰੱਖੀ ਜਾ ਰਹੀ ਹੈ 117 ਹਲਕਿਆਂ ਦੇ ਵਿੱਚ ਉਹਨਾਂ ਸਕਰੀਨਾਂ ਦੁਆਰਾ ਨਜ਼ਰ ਰੱਖੀ ਜਾ ਰਹੀ ਹੈ ਹਰ ਇੱਕ ਹਲਕੇ ਦੇ ਵਿੱਚ ਤਿੰਨ ਗੱਡੀਆਂ ਘੁੰਮ ਰਹੀਆਂ ਹਨ ਜਿਵੇਂ ਕਿ ਤੁਸੀਂ ਮੇਰੇ ਪਿੱਛੇ ਦੇਖ ਹੀ ਸਕਦੇ ਹੋ ਹਰ ਇੱਕ ਹਲਕੇ ਦੇ ਵਿੱਚ ਤਿੰਨ ਗੱਡੀਆਂ ਜਿਨ੍ਹਾਂ ਉੱਪਰ ਕੈਮਰੇ ਲੱਗੇ ਹਨ ਘੁੰਮ ਰਹੀਆਂ ਨੇ ਤਾਂ ਕਿ ਕਿਤੇ ਵੀ ਚੌਣ ਜਾਬਤਾ ਦੀ ਅਗਰ ਉਲੰਘਣਾ ਕੀਤੀ ਜਾਵੇ ਤਾਂ ਉਸ ਦਾ ਸਖਤੋ ਸਖਤ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਸ ਨਾਲ ਸੰਬੰਧੀ ਸਾਡੇ ਨਾਲ ਮੌਜੂਦ ਨੇ ਐਫਐਸਟੀ ਇੰਚਾਰਜ ਸ਼ਿਵ ਮੁਰਤ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਇਹ ਕੀ ਨਦਾ ਪ੍ਰੋਸੈਸ ਹੈ ਪੂਰਾ ਮੈਡਮ ਜਿਵੇਂ ਆਪਣੇ ਐਫਐਸਟੀ ਟੂ ਐ ਟੀਮ ਲੱਗੀ ਹੋਈ ਹੈ ਤੇ ਆਪਣਾ ਮੇਕੋਲ ਏਰੀਆ ਜਿਵੇਂ ਸੁਹਾਣਾ ਗੁਰਦਾਰੇ ਤੋਂ ਲੈ ਕੇ 에어ਪੋਰਟ ਚੋਂ ਤੱਕ ਦਾ ਜਿਹੜਾ ਆਈਟੀਸੀਟੀ ਵਾਲਾ ਪਾਰਟ ਹੈ ਇੱਥੋਂ ਸਾਰਾ ਆਪਣਾ ਏਰੀਆ ਆਪਣੇ ਕੋਲ ਐਫਐਸਟੀ 2 ਦੀ ਕੋਲ ਹੈ ਇਹਦੇ ਵਿੱਚ ਮੇਰੇ ਨਾਲ ਟੀਮ ਦੇ ਵਿੱਚ ਇੱਕ ਕਨਸਟੇਬਲ ਸਾਹਿਬ ਨੇ ਕੇਸਾਈਜ਼ ਨੇ ਤੇ ਬਾਕੀ ਟੀਮ ਆਪਣੇ ਕੈਮਰਾਮੈਨ ਵੀ ਨੇ ਸਾਡੀ ਜ਼ਿੰਮੇਵਾਰੀ ਇਹ ਹੈ ਕਿ ਜਿੱਥੇ ਵੀ ਪੋਲੀਟੀਕਲ ਕੋਈ ਬੋਰਡਸ ਲੱਗੇ ਨੇ ਜਾਂ ਕੋਈ ਪੋਲੀਟੀਕਲ ਮਤਲਬ ਕੋਈ ਆਪਣੇ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਤੋਂ ਉਲੰਘਣਾ ਹੋ ਰਹੀ ਹੈ ਉਹਨੂੰ ਕੰਟਰੋਲ ਕੀਤਾ ਜਾਵੇ ਉਸ ਤੋਂ ਇਲਾਵਾ ਜਿਹੜੇ ਸਾਡੇ ਕੋਲ ਸੀ ਵਿਜੀਲ ਦੇ ਥਰੂ ਸਾਨੂੰ ਕੋਈ ਕੰਪਲੇਂਟ ਆਉਂਦੀ ਹੈ ਅਸੀਂ ਉਹਨੂੰ ਵੀ ਅੱਗੇ ਹੱਲ ਕਰਨ ਲਈ ਮੌਕੇ ਤੇ ਪਹੁੰਚਣਾ ਹੈ। ਤੇ ਇਸ ਗੱਡੀ ਦਾ ਪੂਰਾ ਕੰਟਰੋਲ ਕਿੱਥੇ ਆ? ਇਹਦਾ ਵੈਸੇ ਇਹਦੇ ਤੋਂ ਤੁਸੀਂ ਜਿਵੇਂ ਦੇਖ ਰਹੇ ਉੱਪਰ ਕੈਮਰਾ ਲੱਗਿਆ ਹੋਇਆ ਹੈ ਜੀ। ਤੇ ਇਹ ਇਹਦਾ ਜਿਹੜਾ ਫੀਡ ਹੈ ਜੀ ਆਪਣੇ ਐਸ.ਡੀ.ਐਮ ਦਫ਼ਤਰ ਜਾ ਰਿਹਾ ਹੈ ਜੀ। ਐਸ.ਡੀ.ਐਮ ਦਫ਼ਤਰ ਵਾਲੋ ਪ੍ਰੋਪਰ ਮੋਨੀਟਰ ਹੋ ਰਹੀ ਸਾਡੀ ਜੀ.ਪੀ.ਐਸ ਲੋਕੇਸ਼ਨ ਵੀ ਪਲੱਸ ਨਾਲ ਗੱਡੀ ਦੀ ਲੋਕੇਸ਼ਨ ਵੀ। ਜਿੱਥੇ ਅਸੀਂ ਕਿੱਥੇ ਜਾਣਾ ਹੈ ਉਹਨਾਂ ਨੇ ਜੋ ਸਾਨੂੰ ਅੱਗੇ ਆਦੇਸ਼ ਦੇਣਾ ਅਸੀਂ ਉੱਥੇ ਆ ਕੇ ਉਹਨਾਂ ਨੂੰ ਕਾਰਵਾਈ ਕਰਨੀ ਹੈ। ਜਿੱਦਾਂ ਆਪਾਂ ਦੇਖਿਆ ਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜਿਹੜੇ ਵਾਰੂਮਸ ਬਣਾਏ ਗਏ। ਇਹ ਗੱਡੀਆਂ ਉਹ मैडम ये इकथा ਜਿਵੇਂ ਸਾਡੀ ਆਈਡੀ ਬਣੀ ਹੋਈ ਹੈ ਜਿਵੇਂ ਮੇਰਾ ਇਨਚਾਰਜਾਂ ਤੇ ਮੇਰੀ ਆਈਡੀ ਬਣੀ ਹੋਈ ਹੈ ਉਹਦੇ ਵਿੱਚ ਕੀ ਹੈ ਅਸੀਂ ਜੀਪੀਐਸ ਲੋਕੇਸ਼ਨ ਤੇ ਆਈਡੀ ਦੇ ਨਾਲ ਅਸੀਂ ਲੌਗਇਨ ਕਰਨੀ ਹੈ ਵਿਦ ਦੋ ਜਿਵੇਂ ਆਪਣੇ ਟਾਈਮ ਦਿੱਤੇ ਹੋਏ ਨੇ ਜਿਵੇਂ ਜੋ ਡਿਊਟੀ ਹੈ 2 ਤੋਂ 10 ਜਿਵੇਂ ਤੇ ਉਹਦੇ ਵਿੱਚ ਅਸੀਂ ਲੌਗਇਨ ਕਰਨੇ ਉਹਦੇ ਨਾਲ ਸਾਡੀ ਲੋਕੇਸ਼ਨ ਚਲੀ ਜਾਂਦੀ ਹੈ ਟੀਮ ਦੀ ਪਲੱਸ ਗੱਡੀ ਦੇ ਵਿੱਚ ਜਿਵੇਂ ਕੈਮਰਾ ਲੱਗਾ ਇਹਦੇ ਵਿੱਚ ਜੀਪੀਐਸ ਤੇ ਵਾਈਫਾਈ ਹੈ ਜੀ ਜਿਹਦੇ ਥਰੂ ਇਹਦੀ ਪੂਰੀ ਰਿਕਾਰਡਿੰਗ ਜਿਹੜੀ ਹੈ ਵਾਰੂਮ ਜਿਹੜਾ ਉੱਥੇ ਕੰਟਰੋਲ ਰਸਮ ਦਫ਼ਤਰ ਪਹੁੰਚ ਰਹੀ ਹੈ ਤੇ ਤੁਹਾਨੂੰ ਕਿੱਦਾਂ ਪਤਾ ਲੱਗਦਾ ਕੰਪਲੇਂਟਸ ਉਹ ਸਾਰਾ ਸਿਸਟਮ ਕਿ ਉਦੇ ਤੇ ਜੋ ਜਿਹੜੇ ਲੋਕ ਆਪ ਨੂੰ ਉਹਦੇ ਕੰਪਲੇਂਟ ਭੇਜਦੇ ਨੇ ਉਸ ਕੰਪਲੇਂਟ ਨੂੰ ਉਹ ਕੰਟਰੋਲ ਰੂਮ ਸਾਨੂੰ ਅਕੋਰਡਿੰਗਲੀ ਜਿਹੜੇ ਜਿਸ ਰੀਚ ਐਫਐਸਟੀ ਟੀਮ ਲੱਗੀਆਂ ਉਹਨਾਂ ਨੂੰ ਆਪਾਂ ਨੂੰ ਫਾਰਵਰਡ ਕਰ ਦਿੰਦੇ ਨੇ ਉਹ ਸਾਡੇ ਕੋਲ ਐਪ ਦੇ ਉੱਤੇ ਮੈਸੇਜ ਆ ਜਾਂਦਾ ਉਹਦੇ ਹਿਸਾਬ ਨਾਲ ਅਸੀਂ ਉੱਤੇ ਉਹ ਜਗ੍ਹਾ ਤੇ ਪਹੁੰਚ ਕੇ ਕਾਰਵਾਈ ਕਰਦੇ ਤੁਹਾਨੂੰ ਇਹ ਹਦਾਇਤ ਕੌਣ ਦਿੰਦਾ ਹੈ ਕਿ ਤੁਸੀਂ ਇਨਾਂ ਹਲਕਿਆਂ ਦੇ ਵਿੱਚ ਜਾਓ ਜਾਂ ਫਿਰ ਤੁਹਾਨੂੰ ਐਕਸੈਕਟਲੀ ਐਸਡੀਐਮ ਦਫ਼ਤਰ ਦੇ ਜਿਹੜੇ ਸਟਾਫ ਨੇ ਜਿਹੜੇ ਐਗਜ਼ੈਕਟ ਡਿਊਟੀਆਂ ਲੱਗੀਆਂ ਨੇ ਉੱਥੋਂ ਸਾਨੂੰ ਹਦਾਇਤਾਂ ਇਸ਼ੂ ਹੁੰਦੀਆਂ ਨੇ ਅਸੀਂ ਉਹਨਾਂ ਦੀ ਪਾਲਣਾ ਕਰਦੇ ਹਾਂ ਤੇ ਕੰਪਲੇਂਟਸ ਮੈਨੂੰ ਫਿਲਹਾਲ ਤਾਂ ਵਾਲੇ ਜ਼ਿਆਦਾਤਰ ਇਹ ਹੀ ਹੁੰਦੀ ਹੈ ਵੀ ਹਾਂ ਜੇ ਕੋਈ ਵਾਇਲੈਸ਼ਨ ਜਿਵੇਂ ਬੋਰਡਸ ਲੱਗੇ ਜਿਵੇਂ ਆਪਾਂ ਨੂੰ ਕੋਡ ਆਫ ਕੰਡਕਟ ਦੇ ਹਿਸਾਬ ਨਾਲ ਪਤਾ ਵੀ ਕਿਸੇ ਵੀ ਪੋਲੀਟੀਕਲ ਪਾਰਟੀਆਂ ਦਾ ਆਪਣਾ ਐਡਵਰਟਾਈਜ਼ਮੈਂਟ ਵਾਲੇ ਜਿਵੇਂ ਕਰਨੀ ਹੈ ਵਾਲੇ ਅਲਾਉ ਨਹੀਂ ਹੈ ਜਾਂ ਜਿਵੇਂ ਜਿੰਨੇ ਵੀ ਪੋਲੀਟੀਕਲ ਪਹਿਲਾਂ ਬੈਨਰ ਲੱਗੇ ਨੇ ਉਹ ਸਾਰੇ ਰਿਮੂਵ ਕਰਨੇ ਨੇ ਤਾਂ ਕਿ ਕਿਸੇ ਇੱਕ ਪਾਰਟੀ ਦਾ ਆਪਣਾ ਐਡਵਰਟਾਈਜ਼ਮੈਂਟ ਨਾ ਹੋ ਸਕੇ ਜਿਵੇਂ ਤੁਸੀਂ ਦੇਖਿਆ ਹਣਾ ਜਗਾ ਜਗਾ ਆਮ ਆਦਮੀ ਪਾਰਟੀ ਆ ਹੋਰ ਕਿਸੇ ਬੀਜੇਪੀ ਕਿਸੇ ਵੀ ਲੱਗੇ ਨੇ ਫਿਲਹਾਲ ਅਸਾਂ ਉਹ ਉਤਾਰਨ ਨੂੰ ਕਿਹਾ ਤੇ ਅਸੀਂ ਵੇਟ ਕਰਦੇ ਹਾਂ ਬਾਕੀ ਕੰਪਲੇਂਟਸ ਦਾ ਹੁਣ ਤੱਕ ਜਿਹੜੀਆਂ ਕਿੰਨੀਆਂ ਕੰਪਲੀਨਟਸ ਤੁਸੀਂ ਸੁਝਾਅ ਹਲੇ ਤੱਕ ਤਾਂ ਸਾਡੇ ਕੋਲ ਕੋਈ ਆਨਲਾਈਨ ਕੰਪਲੇਂਟ ਆਈ ਨਹੀਂ ਹੈ ਉਹ ਜਿਹੜੀ ਆਉਂਦੀ ਹੈ ਤਾਂ ਉਹ ਰਿਜ਼ੋਲਵ ਕਰ ਦਿੱਤੀਆਂ ਨੇ ਮੇਰੇ ਜਿਹੜੀ ਜਿਹੜੀ ਟੀਮ ਦੇ ਹਿਸਾਬ ਨਾਲ ਜੇ ਜਿਵੇਂ ਇੱਕ ਵਾਰੀ ਪਿੱਛੇ ਮੈਮ ਬੋਰਡਸ ਦੀ ਆਈ ਸੀ ਵੀ ਨਹੀਂ ਹਟਾਏ ਗਏ ਹਲੇ ਵੀ ਤਾਂ ਅਸੀਂ ਉਹ ਪੂਰੇ ਜਿੰਨਾ ਕਾ ਹੁਸਿਆ ਉਤਾਰ ਰਹੇ ਹਾਂ ਪੂਰੇ ਪੂਰੇ ਨਾਲ ਨਾਲ ਅਗਰ ਲੋਕ ਜਿਹੜਾ ਵਿਰੋਧ ਕਰਨ ਫਿਰ ਵੀ ਤੇ ਫਿਰ ਅੱਗੇ ਕੀ ਕਾਰਵਾਈ ਕੀਤੀ ਜਾਂਦੀ ਹੈ ਵਿਰੋਧ ਤਾਂ ਮੈਮ ਵੈਸੇ ਪਤਾ ਵੀ ਕੋਡ ਆਫ ਕੰਡਕਟ ਲੱਗ ਗਿਆ ਹੋ ਕਾਰ ਨਹੀਂ ਸਕਦੇ ਪਰ ਫਿਰ ਵੀ ਸਾਡੇ ਕੋਲ ਟੀਮ ਹੈ ਮੌਜੂਦ ਹੈ ਇਹਨਾਂ ਨੂੰ ਵੀ ਅਸੀਂ ਨਾਲ ਤਾਂ ਹੀ ਇਹ ਸਾਡੇ ਇਹਨਾਂ ਦੀ ਡਿਊਟੀ ਤਾਂ ਹੀ ਲਗਾਈ ਹੈ ਕਿ ਜੇ ਸਾਨੂੰ ਕੋਈ اپੋਜ਼ ਮਿਲਦਾ ਹੈ ਕੁਝ ਮਿਲਦਾ ਤਾਂ ਇਹ ਨਾਲ ਉਹਨੂੰ ਮੌਕੇ ਤੇ ਸੰਭਾਲ ਦੇਣੀ ਹੈ ਸਰ ਕੀ ਕੀ ਪ੍ਰੋਸੈਸ ਹੈ ਕੀ ਕੀ ਕੰਮ ਕੀਤਾ ਜਾਂਦਾ ਹੈ ਆ ਮਾਨਯੋਗ ਇਲੈਕਸ਼ਨ ਕਮਿਸ਼ਨ ਦੀ ਜੋ ਸਾਨੂੰ ਗਾਈਡਲਾਈਨ ਮਿਲਿਆ ਨੇ ਤੇ ਪੁਲਿਸ ਡਿਪਾਰਟਮੈਂਟ ਦੇ ਜਿਹੜੇ ਸੀਨੀਅਰ ਆਫੀਸਰ ਸਾਹਿਬਾਨ ਨੇ ਉਹਨਾਂ ਵੱਲੋਂ ਸਾਨੂੰ ਜੋ ਹਦਾਇਤਾਂ ਦਿੱਤੀਆਂ ਗਈਆਂ ਨੇ ਉਹਨਾਂ ਦੀ ਪਾਲਣਾ ਅਸੀਂ ਕਰਾਂਗੇ ਜੀ ਤੇ ਸਾਡੇ ਐਫਐਸਟੀ ਇੰਚਾਰਜ ਨਾਲ ਨੇ ਦੋ ਇਹਨਾਂ ਦੀ ਗਾਈਡਲਾਈਨ ਹੋਊਗੀ ਜੀ ਉਦੋਂ ਮੁਤਾਬਕ ਹੀ ਕੰਮ ਕਰਾਂਗੇ ਅਤੇ ਕੋਈ ਅਜਿਹੀ ਗੱਲ ਹੁੰਦੀ ਹੈ ਜੀ ਤੇ ਉਹ ਅਸੀਂ ਆਪਣੇ ਬਾਲਾ ਤਰਫ ਸਨਾਤੀ ਨੋਟਿਸ ਵਿੱਚ ਲੈ ਕੇ ਆਵਾਂਗੇ ਜੋ ਨਾ ਦੀ ਹਦਾਇਤ ਹੋਊਗੀ ਉਦੋਂ ਮੁਤਾਬਕ ਹੀ ਕੰਮ ਕਰਾਂਗੇ ਜੀ ਤੇ ਸਰ ਡਿਊਟੀ ਕਿੰਨੇ ਘੰਟੇ ਹੁੰਦੀ ਹੈ ਦੇਖੋ ਜੀ ਸਾਡੀ ਜਿਹੜੀ ਪੁਲਿਸਿੰਗ ਹੈ ਸਾਡੀ ਡਿਊਟੀ ਤਾਂ ਸਾਡੀ 24 ਘੰਟੇ ਦੀ ਹੈ ਜੀ ਬਟ ਐਫਐਸਟੀ ਟੀਮ ਦੇ ਨਾਲ ਲੱਗੇ ਹੋਏ ਹਾਂ ਜੀ ਤੇ 8 ਘੰਟੇ ਦੀ ਸ਼ਿਫਟ ਹੈ ਸਾਡੀ ਜੀ ਤੇ ਉਦੋਂ ਮੁਤਾਬਕ ਜੋ ਵੀ ਚੀਜ਼ਾਂ ਹੋਣਗੀਆਂ ਜੀ ਉਹ ਜਿਸ ਤਰ੍ਹਾਂ ਸਾਡੇ ਸੀਨੀਅਰ ਆਫੀਸਰ ਸਾਹਿਬਾਨ ਸਾਨੂੰ ਹਦਾਇਤ ਕਰਨਗੇ ਜੀ ਉਦੋਂ ਮੁਤਾਬਕ ਹੀ ਕੰਮ ਕਰਾਂਗੇ ਜੀ ਸਰ ਜੇਕਰ ਲੋਕਾਂ ਦੇ ਵੱਲੋਂ ਜਦੋਂ ਜਿੱਦਾਂ ਵਿਰੋਧ ਕੀਤਾ ਜਾਂਦਾ ਹਰ ਇੱਕ ਚੀਜ਼ ਤੇ ਉਹਨੂੰ ਕਿੱਦਾਂ ਤੁਸੀਂ ਉਹਦੀ ਕਾਰਵਾਈ ਕਰਦੇ ਹੋ ਉਜੀ ਐਸ ਪਰ ਲਾ ਤੇ ਮਾਨਯੋਗ ਇਲੈਕਸ਼ਨ ਕਮਿਸ਼ਨ ਦੀ ਜੋ ਸਾਨੂੰ ਗਾਈਡਲਾਈਨ ਹੈ ਜੀ ਤੇ ਸਾਡੇ ਐਫਐਸਟੀ ਇੰਚਾਰਜ ਨਾਲ ਲੱਗੇ ਨੇ ਜੀ ਜੋ ਇਹਨਾਂ ਦੀ ਹਦਾਇਤ ਹੋਊਗੀ ਜੀ ਐਸ ਪਰ ਲਾ ਉਹ ਹੀ ਕੰਮ ਕਰਾਂਗੇ ਜੀ ਜਿਵੇਂ ਕਿ ਤੁਸੀਂ ਦੇਖਿਆ ਹੀ ਹੈ ਕਿ ਕਿਵੇਂ ਸਾਰਾ ਪੂਰਾ ਪ੍ਰੋਸੈਸ ਇਹ ਜਿਹੜੀ ਗੱਡੀ ਹੈ ਔਰ ਵੋਰੂਮਸ ਦੇ ਨਾਲ ਸਿੱਧੀ ਕਨੈਕਟ ਹੈ ਤੇ ਇਹ ਜੋ ਵੀ ਇਹਨਾਂ ਵੱਲੋਂ ਸ਼ਿਕਾਇਤਾਂ ਕੀਤੀ ਜਾਂਦੀਆਂ ਹਨ ਤੇ ਵੋਰੂਮਸ ਦੇ ਵਿੱਚ ਇਹਨਾਂ ਨੂੰ ਹਦਾਇਤ ਦਿੱਤੀ ਜਾਂਦੀ ਹੈ ਕਿ ਇਸ ਹਲਕੇ ਦੇ ਵਿੱਚ ਸਾਨੂੰ ਇਹ ਸ਼ਿਕਾਇਤ ਆਈ ਹੈ ਤੇ ਉਹਦੇ ਖਿਲਾਫ ਜਿਹੜੇ ਇਹਨਾਂ ਵੱਲੋਂ ਸਖਤ ਕਾਰਵਾਈ ਕੀਤੀ ਜਾਂਦੀ ਹੈ ਕੈਮਰਾਮੈਨ ਸ਼ਿਵਮ ਦੇ ਨਾਲ ਮੈਂ ਸਿਮਰਨ ਲਿਵਿੰਗ ਇੰਡੀਆ ਚੰਡੀਗੜ੍ਹ